ਦੁਨੀਆਵੀ ਪੱਖ ਤੋਂ ਦੁਨੀਆ ਦੀਆਂ ਸਭ ਤੋਂ ਕੀਮਤੀ ਹੀਰੇ ਜਵਾਹਰਾਤ ਵਰਗੀਆਂ ਵਸਤਾਂ ਵਿੱਚੋਂ ਇੱਕ ਨਾਂ ਪ੍ਰਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਹੈ ਉਹ ਹੈ ਕੋਹੀਨੂਰ ਦਾ ਹੀਰਾ ਜੋ ਭਾਰਤ ਦੇਸ਼ ਦੇ ਇਤਿਹਾਸ ਦੇ ਨਾਲ-ਨਾਲ ਪੰਜਾਬ ਅਤੇ ਸਿੱਖ ਰਾਜ ਦੇ ਨਾਲ ਵੀ ਜੁੜਦਾ ਹੈ ਅਤੇ ਜਦੋਂ ਸਿੱਖ ਰਾਜ ਖੋਸਿਆ ਅਤੇ ਅੰਗਰੇਜ਼ਾਂ ਦੇ ਹੱਥ ਚਲਿਆ ਗਿਆ ਤਾਂ ਨਾਲ ਦੀ ਨਾਲ ਕੋਹੀਨੂਰ ਦਾ ਹੀਰਾ ਵੀ ਸਿੱਖ ਰਾਜ ਤੋਂ ਅੰਗਰੇਜ਼ੀ ਹਕੂਮਤ ਦੇ ਕੋਲ چلا ਗਿਆ ਅਤੇ ਉਦੋਂ ਤੋਂ ਅੱਜ ਤੱਕ ਇਹ ਬਰਤਾਨਵੀ ਸਰਜ਼ਮੀ ਉੱਪਰ ਹੀ ਮੌਜੂਦ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਕੋਹਿੰੂਰ ਦੇ ਹੀਰੇ ਬਾਰੇ ਇਹ ਕਿੱਥੋਂ ਆਇਆ ਸਿੱਖ ਰਾਜ ਤੱਕ ਕਿਵੇਂ ਪਹੁੰਚਾ ਅਤੇ ਕਿਵੇਂ ਸਿੱਖ ਰਾਜ ਤੋਂ ਹੁੰਦਾ ਹੋਇਆ ਬਰਤਾਨਵੀ ਹੱਥਾਂ ਵਿੱਚ ਚਲਾ ਗਿਆ ਕੋਹਿੰੂਰ ਦਾ ਹੀਰਾ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਹੀਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਦਾ ਨਾਮ ਕੋਹਿੰੂਰ फारसी भाषा ਦਾ ਇੱਕ ਸ਼ਬਦ ਹੈ ਜਿਸ ਦਾ ਮਤਲਬ ਬਣਦਾ ਹੈ ਰੌਸ਼ਨੀ ਦਾ ਪਹਾੜ ਅਜਿਹਾ ਇਸ ਕਰਕੇ ਵੀ ਕਿਹਾ ਜਾਂਦਾ ਕਿਉਂਕਿ ਕੋਹਿੰੂਰ ਇੱਕ ਬਹੁਤ ਹੀ ਚਮਕਦਾ ਅਤੇ ਰੌਸ਼ਨੀ ਪ੍ਰਦਰਸ਼ਨ ਕਰਨ ਵਾਲਾ ਇੱਕ ਹੀਰਾ ਹੈ ਇਤਿਹਾਸ ਦੇ ਪੰਨਿਆਂ ਉੱਪਰ ਜ਼ਿਕਰ ਆਉਂਦਾ ਹੈ ਕਿ ਕੋਹਿੰੂਰ ਦਾ ਹੀਰਾ ਮੁਰਗੀ ਦੇ ਛੋਟੇ ਆਂਡੇ ਦੇ ਬਰਾਬਰ ਸੀ ਅਤੇ ਇਸ ਬਾਰੇ ਕਿਹਾ ਜਾਂਦਾ ਸੀ ਕਿ ਇਸ ਨੂੰ ਵੇਚ ਕੇ ਦੁਨੀਆ ਭਰ ਦੇ ਲੋਕਾਂ ਨੂੰ 2.5 ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਹੈ ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਕੋਹੀਨੂਰ ਦੀ ਕਿੰਨੀ ਵੱਡੀ ਅਹਿਮੀਅਤ ਤੇ ਇਸ ਦਾ ਮੁੱਲ ਕਿੰਨਾ ਵੱਡਾ ਮੰਨਿਆ ਜਾਂਦਾ ਸੀ ਕੋਹੀਨੂਰ ਹੀਰੇ ਦੇ ਸ਼ੁਰੂਆਤੀ ਦਿਨਾਂ ਸੰਬੰਧੀ ਇਤਿਹਾਸ ਦੇ ਪੰਨਿਆਂ ਉੱਤੇ ਕਈ ਤਰ੍ਹਾਂ ਦੇ ਜ਼ਿਕਰ ਆਉਂਦੇ ਨੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦਾ ਵੀ ਜ਼ਿਕਰ ਆਉਂਦਾ ਹੈ ਅਲਾਉਦੀਨ ਖਿਲਜੀ ਦਾ ਨਾਮ ਵੀ ਜੁੜਦਾ ਹੈ ਅਤੇ ਇਸੇ ਤਰ੍ਹਾਂ ਇਹੋਰ ਸ਼ਾਸਕਾਂ ਦੇ ਨਾਲ ਵੀ ਕੋਹਿੰਨूर ਹੀਰਾ ਜੋੜਿਆ ਜਾਂਦਾ ਹੈ ਸਨ 1526 ਵਿੱਚ ਮੁਗਲ ਬਾਦਸ਼ਾਹ ਬਾਬਰ ਨੇ ਇਸ ਹੀਰੇ ਯਾਨੀ ਕੋਹਿੰਨूर ਬਾਰੇ ਆਪਣੀ ਲਿਖਤ ਬਾਬਰਨਾਮਾ ਵਿੱਚ ਜ਼ਿਕਰ ਕੀਤਾ ਬਾਬਰ ਨੇ ਹੀ ਇਸ ਹੀਰੇ ਦੀ ਕੀਮਤ ਦੁਨੀਆ ਦੇ ਅੱਧੇ ਦਿਨ ਦੇ ਉਤਪਾਦਨ ਦੀ ਕੀਮਤ ਦੇ ਬਰਾਬਰ ਦੱਸੀ ਸੀ ਬਾਬਰ ਤੋਂ ਹੁੰਦਾ ਹੋਇਆ ਇਹ ਹੀਰਾ ਪੰਜਵੇਂ ਮੁਗਲ ਸਮਰਾਟ ਸ਼ਾਹਜਹਾਂ ਤੱਕ ਪਹੁੰਚਿਆ ਇਸੇ ਤਰ੍ਹਾਂ ਔਰੰਗਜ਼ੇਬ ਉਸ ਦੇ ਪੋਤੇ ਮਹਿਮਦ ਅਤੇ ਨਾਦਰ ਸ਼ਾਹ ਕੋਲ ਵੀ ਇਹ ਹੀਰਾ ਥੋੜਾ ਥੋੜਾ ਸਮਾਂ ਰਿਹਾ। ਇਸ ਤੋਂ ਬਾਅਦ ਇਹ ਹੀਰਾ ਸਿੱਖ ਰਾਜ ਦੇ ਕੋਲ ਆਉਂਦਾ ਹੈ। ਸਨ 1813 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਕੋਹਿਨੂਰ ਪਹੁੰਚਦਾ ਹੈ। दरअसल ਨਾਦਰ ਸ਼ਾਹ ਦੇ ਕੋਲ ਵੀ ਪਿਛਲੇ ਸ਼ਾਸਕਾਂ ਵਾਂਗ ਕੋਹਿਨੂਰ ਬਹੁਤ ਦਿਨਾਂ ਤੱਕ ਨਹੀਂ ਸੀ ਰਹਿ ਸਕਿਆ। ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਹਨਾਂ ਦੇ ਅਫਗਾਨ ਅੰਗ ਰੱਖਿਆ। ਅਹਿਮਦ ਸ਼ਾਹ ਅਬਦਾਲੀ ਕੋਲ ਆਇਆ ਅਤੇ ਕਈ ਹੱਥਾਂ ਤੋਂ ਹੁੰਦਾ ਹੋਇਆ 1813 ਵਿੱਚ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ। ਕਈ ਇਤਿਹਾਸਕ ਦਸਤਾਵੇਜ਼ਾਂ ਵਿੱਚ ਲਿਖਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਹਿੰਨੂਰ ਨੂੰ ਦੀਵਾਲੀ, ਦੁਸਹਿਰੇ ਅਤੇ ਵੱਡੇ ਤਿਉਹਾਰਾਂ ਮੌਕੇ ਆਪਣੀ ਬਾਹ ਦੇ ਨਾਲ ਬੰਨ ਕੇ ਨਿਕਲਦੇ ਸਨ। ਜਦੋਂ ਵੀ ਕੋਈ ਬ੍ਰਿਟਾਨਵੀ ਅਫਸਰ ਉਹਨਾਂ ਦੇ ਦਰਬਾਰ ਵਿੱਚ ਆਉਂਦਾ ਸੀ ਤਾਂ ਉਸ ਨੂੰ ਇਹ ਹੀਰਾ ਖਾਸ ਤੌਰ ਤੇ ਵਿਖਾਇਆ ਜਾਂਦਾ ਸੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਜਦੋਂ ਮੁਲਤਾਨ ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ ਉੱਤੇ ਜਾਂਦੇ ਸਨ ਤਾਂ ਕੋਹਿੰਦੁਰ ਵੀ ਉਹਨਾਂ ਦੇ ਨਾਲ ਹੀ ਜਾਂਦਾ ਸੀ 1839 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਖਤ ਸੱਤਾ ਸੰਘਰਸ਼ ਉਪਰੰਤ 1843 ਵਿੱਚ ਪੰਜ ਸਾਲਾ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਇਆ ਗਿਆ ਪਰ ਦੂਜੀ ਐਂਗਲੋ ਸਿੱਖ ਜਾਗ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਸਾਮਰਾਜ ਅਤੇ ਕੋਹਿੰੂਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪਤਾ ਲੱਗਦਾ ਹੈ ਕਿ ਬਰਤਾਨਵੀ ਹਕੂਮਤ ਦਾ ਉੱਗਾਣਾ ਲਾਰਡ ਡਲਹੌਜੀ ਖੁਦ ਕੋਹਿੰੂਰ ਲੈਣ ਲਾਹੌਰ ਆਏ ਉੱਥੋਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕਟਵਾ ਕੇ ਡਲਹੌਜੀ ਦੇ ਹੱਥਾਂ ਵਿੱਚ ਰੱਖਿਆ ਗਿਆ ਉਸ ਸਮੇਂ ਕੋਹਿੰੂਰ ਹੀਰੇ ਦਾ ਵਜ਼ਨ ਕਾਫੀ ਵੱਡਾ ਮੰਨਿਆ ਜਾਂਦਾ ਲਾਰਡ ਡਲਹੌਜੀ ਨੇ ਕੋਹਿੰੂਰ ਹੀਰੇ ਨੂੰ ਪਾਣੀ ਦੇ ਜਹਾਜ਼ ਮੀਡੀਆ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਭੇਜਣ ਦਾ ਫੈਸਲਾ ਲਿਆ ਹਾਲਾਂਕਿ ਉਸ ਜਹਾਜ਼ ਨੂੰ ਰਾਹ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਜਦੋਂ ਕੋਹੀਨੋਰ ਲੰਡਨ ਪਹੁੰਚਿਆ ਤਾਂ ਉਸ ਨੂੰ ਕ੍ਰਿਸਟਲ ਪੈਲੇਸ ਵਿੱਚ ਬ੍ਰਿਟਾਨੀ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ ਹਾਲਾਂਕਿ ਇਹ ਵੀ ਦੱਸਿਆ ਜਾਂਦਾ ਕਿ ਕੋਹੀਨੋਰ ਨੂੰ ਬ੍ਰਿਟਾਨੀਆ ਲੈ ਕੇ ਜਾਣ ਦੇ 3 ਸਾਲ ਬਾਅਦ ਉਸ ਦੀ ਨਿਮਾਇਸ਼ ਕੀਤੀ ਗਈ ਅਤੇ ਇਹ ਵੀ ਪਤਾ ਲੱਗਦਾ ਹੈ ਕਿ ਲੰਡਨ ਵਿੱਚ ਉਸ ਦਿਨ ਲੋਕਾਂ ਦਾ ਇੰਨਾ ਵੱਡਾ ਇਕੱਠ ਸੀ ਜਿਹੋ ਜਿਹਾ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ ਗਿਆ ਅੱਗੇ ਜਾ ਕੇ ਇਹ ਹੀਰਾ ਪੂਰਬ ਦੇਸ਼ਾਂ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਇੱਕ ਪ੍ਰਤੀਕ ਵੀ ਬਣਾ ਕੇ ਪੇਸ਼ ਕੀਤਾ ਗਿਆ ਅਤੇ ਬਰਤਾਨੀਆਂ ਦੀ ਫੌਜ ਦੀ ਤਾਕਤ ਦੇ ਵੱਧ ਦੇ ਅਸਰ ਨੂੰ ਵੀ ਵਿਖਾਉਂਦਾ ਸੀ ਪਿਛਲੇ ਸਮੇਂ ਦੇ ਇਤਿਹਾਸ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਰਤਾਨਵੀ ਸ਼ਾਹੀ ਖਾਨਦਾਨ ਦੀਆਂ ਮਹਿਲਾਵਾਂ ਨੇ ਇਸ ਕੋਹਿੰੂਰ ਹੀਰੇ ਦੀ ਵਰਤੋਂ ਕੀਤੀ ਹੈ ਜਦ ਕਿ ਪੁਰਸ਼ ਸ਼ਾਹੀ ਮੈਂਬਰਾਂ ਵੱਲੋਂ ਇਸਤੀ ਜ਼ਿਆਦਾ ਵਰਤੋਂ ਦੀਆਂ ਮਿਸਾਲਾਂ ਸਾਹਮਣੇ ਨਹੀਂ ਆਉਂਦੀਆਂ ਜਦ ਕਿ ਮਹਾਰਾਣੀ ਐਲਿਜ਼ਾਬੈਥ 2 ਐਮ ਨੇ ਕੋਹਿੰੂਰ ਨੂੰ ਆਪਣੇ ਤਾਜ ਵਿੱਚ ਜਗ੍ਹਾ ਨਹੀਂ ਸੀ ਦਿੱਤੀ ਇਸ ਵੇਲੇ ਦੁਨੀਆ ਦਾ ਸਭ ਤੋਂ ਮਸ਼ਹੂਰ ਹੀਰਾ ਕੋਹਿੰੂਰ ਹੀਰਾ ਟਾਵਰ ਆਫ ਲੰਡਨ ਦੇ ਜੂਲ ਹਾਊਸ ਵਿੱਚ ਰੱਖਿਆ ਹੋਇਆ ਹੈ ਅਤੇ ਬਰਤਾਨੀਆ ਇਸ ਨੂੰ ਆਪਣਾ ਇੱਕ ਪ੍ਰਮੁੱਖ ਅਤੇ ਵਕਕਾਰੀ ਹੀਰਾ ਮੰਨਦਾ ਹੈ